ਬਹੁਤ ਹੀ ਪਿਆਰੇ ਬੱਚੋ ਅੱਜ ਆਪਾਂ ਆਧੁਨਿਕ ਪੰਜਾਬੀ ਕਾਵ ਚਲਕਾਂ ਦੇ ਇਤਿਹਾਸ ਵਿੱਚ ਦਰਜ ਪਾਸ਼ ਜੀ ਦੀ ਕਵਤਾ ਸਭ ਤੋਂ ਖਤਰਨਾਕ ਪੜਾਂਗੇ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਪਾਸ਼ ਜੀ ਦੀ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਜ਼ਰੂਰ ਦੱਸਾਂਗੀ ਜੋ ਸਾਰੀ ਜ਼ਿੰਦਗੀ ਤੁਹਾਡੇ ਕੰਮ ਆਉਣਗੀਆਂ ਪਾਸ਼ ਦਾ ਜਨਮ ਤਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਵਿੱਚ ਸਰਦਾਰ ਮੋਹਨ ਸਿੰਘ ਸੰਧੂ ਦੇ ਘਰ ਹੋਇਆ ਆਪ ਦਾ ਪੂਰਾ ਨਾਮ ਅਵਤਾਰ ਸਿੰਘ ਸੀ ਆਪ ਨੇ ਕਵਿਤਾ ਵਿੱਚ ਸਮਕਾਲੀ யਥਾਰਤ ਨੂੰ ਨਵੀਂ ਸੂਰ ਵਿੱਚ ਪੇਸ਼ ਕੀਤਾ ਅਤੇ ਕਵਿਤਾ ਦੇ ਰੂਪਕ ਪੱਖ ਅਤੇ ਸ਼ੈਲੀ ਵਿੱਚ ਪਰਵਰਤਨ ਲਿਆਂਦਾ ਆਪ ਨੇ ਆਪਣੀ ਕਵਿਤਾ ਰਾਹੀਂ ਪੰਜਾਬੀ ਸੰਵੇਦਨਾ ਦੇ ਨਵੇਂ ਕਾਵ ਸ਼ਾਸਤਰ ਤੇ ਸੋਝ ਸੰਕਲਪਾਂ ਨੂੰ ਜਮਾਤੀ ਚੇਤਨਾ ਦੇ ਨਵੇਂ ਪਸਾਰਾਂ ਨਾਲ ਜੋੜਿਆ ਆਪ ਨੇ ਲੋਕ ਕਥਾ ਉਰਦੇ ਬਾਜ਼ਾ ਮਗਰ ਸਾਡੇ ਸਮਿਆਂ ਵਿੱਚ ਖਿੱਲਰੇ ਹੋਏ ਵਰਕੇ ਆਦ ਕਾਵ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ ਹਥਲੇ ਕਾਵ ਸੰਗ੍ਰਹਿ ਵਿੱਚ ਆਪ ਦੀ ਕਵਤਾ ਸਭ ਤੋਂ ਖਤਰਨਾਕ ਸ਼ਾਮਲ ਕੀਤੀ ਗਈ ਹੈ ਇਸ ਕਵਤਾ ਵਿੱਚ ਕਵੀ ਸਮਕਾਲੀ ਯਥਾਰਥ ਪ੍ਰਤੀ ਸੰਵੇਦਨਾ ਜਗਾਉਂਦਾ ਹੈ ਬੱਚੋ ਸਭ ਤੋਂ ਖਤਰਨਾਕ ਜੋ ਕਵਤਾ ਹੈ ਨਾ ਬਹੁਤ ਮਸ਼ਹੂਰ ਹੈ ਵੈਸੇ ਜਿੰਨੀਆਂ ਵੀ ਤੁਹਾਨੂੰ ਪੁਸਤਕ ਦੇ ਵਿੱਚ ਦਿੱਤੀਆਂ ਨੇ ਬੱਚੋ ਪੂਰੀ ਦੁਨੀਆ ਦੇ ਵਿੱਚ ਬਹੁਤ ਮਸ਼ਹੂਰ ਹਨ ਤੇ ਇਹ ਵਾਲੀਆਂ ਚੁਕਬਤਾਵਾਂ ਨੇ ਤੁਸੀਂ ਮੁਕਾਬਲਿਆਂ ਦੇ ਵਿੱਚ ਗਾਇਆ ਕਰੋ ਬਹੁਤ ਸੋਹਣੀ ਹੈ ਬਹੁਤ ਸੋਹਣੀ ਹੈ ਤੇ ਹਰ ਇੱਕ ਜਗ੍ਹਾ ਤੇ ਉਹਨਾਂ ਦੀ ਜੋ ਇੱਕ ਸਤਰ ਹੈ ਸਭ ਤੋਂ ਜੋ ਮਾੜਾ ਹੁੰਦਾ ਹੈ ਆਪਣੇ ਸੁਪਨਿਆਂ ਦਾ ਠੀਕ ਹੈ ਮਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਆਪਣੇ ਸੁਪਨਿਆਂ ਦਾ ਮਰ ਜਾਣਾ ਠੀਕ ਹੈ ਨਾ ਹੋਰ ਵੀ ਬਹੁਤ ਗੱਲਾਂ ਦਸੀਆਂ ਹਨ ਕਿ ਕੀ ਮਾੜਾ ਹੁੰਦਾ ਖਤਰਨਾਕ ਕੀ ਹੁੰਦਾ ਤੇ ਆਪਾਂ ਦੇਖਦੇ ਹਾਂ ਬਹੁਤ ਸੋਹਣੀ ਕਵਤਾ ਇਹ ਬਹੁਤ ਸੋਹਣੀ ਇਹ ਬੋਲੀ ਜਾਂਦੀ ਹੈ ਪ੍ਰਸੰਗ ਦੇਖੀ ਆਪਾਂ ਪਹਿਲਾਂ ਇਹ ਕਾਵ ਟੋਟਾ ਆਧੁਨਿਕ ਪੰਜਾਬੀ ਕਾਵ ਚਲਕਾ ਦੇ ਇਤਿਹਾਸ ਪੁਸਤਕ ਵਿੱਚ ਦਰਜ ਪਾਸ਼ ਦੀ ਕਵਿਤਾ ਸਭ ਤੋਂ ਖਤਰਨਾਕ ਵਿੱਚੋਂ ਲਿਆ ਗਿਆ ਹੈ ਇਸ ਕਵਿਤਾ ਵਿੱਚ ਕਵੀ ਦਾਸਤਾ ਹੈ ਕਿ ਮਨੁੱਖ ਦਾ ਮਰਦਾ ਸ਼ਾਂਤੀ ਨਾਲ ਭਰਨਾ ਸਭ ਕੁਝ ਸਹੀ ਜਾਣਾ ਸੁਪਨਿਆਂ ਦਾ ਮਰਨਾ ਤੇ ਅਣਖ ਦਾ ਮਰਨਾ ਸਭ ਤੋਂ ਵੱਧ ਖਤਰਨਾਕ ਹੁੰਦਾ ਹੈ ਮਤਲਬ ਉਹ ਕਹਿੰਦੇ ਨੇ ਵੀ ਇਨਸਾਨ ਨੂੰ ਆਪਣੇ ਆਪ ਨੂੰ ਜਿਉਂਦਾ ਰੱਖਣਾ ਚਾਹੀਦਾ ਹੈ ਮਤਲਬ ਆਪਣੇ ਭਾਵਾਂ ਨੂੰ ਜਿਉਂਦੇ ਰੱਖਣਾ ਚਾਹੀਦਾ ਹੈ ਜੇ ਇਹ ਹੀ ਮਰ ਜਾਣ ਤਾਂ ਇਹ ਸਭ ਤੋਂ ਵੱਧ ਖਤਰਨਾਕ ਹੈ ਹੋਰ ਕੁਝ ਨਹੀਂ ਹੁੰਦਾ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ ਉਹ ਕਹਿੰਦੇ ਹਨ ਕਿ ਸਰਮਾਇਦਾਰ ਦੁਆਰਾ ਕਿਰਤੀ ਦੀ ਲੁੱਟ ਸਭ ਤੋਂ ਖਤਰਨਾਕ ਗੱਲ ਨਹੀਂ ਹੁੰਦੀ ਪੁਲਿਸ ਦੀ ਕੁੱਟ ਵੀ ਸਭ ਤੋਂ ਖਤਰਨਾਕ ਨਹੀਂ ਹੁੰਦੀ ਦੇਸ਼ ਕੌਮ ਨਾਲ ਗੱਦਾਰੀ ਤੇ ਲਾਲਚ ਦੀ ਪੂਰਤੀ ਲਈ ਧਨ ਦੌਲਤ ਲੈਣਾ ਵੀ ਸਭ ਤੋਂ ਖਤਰਨਾਕ ਨਹੀਂ ਹੁੰਦਾ ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ ਡਰੂ ਜਹੀ ਚੁੱਪ ਵਿੱਚ ਮੜੇ ਜਾਣਾ ਬੁਰਾ ਤਾਂ ਹੈ ਸਭ ਤੋਂ ਖਤਰਨਾਕ ਨਹੀਂ ਹੁੰਦਾ ਬੈਠੇ ਸੁੱਤਿਆਂ ਪੁਲਸ ਦੇ ਕਾਬੂ ਆ ਜਾਣਾ ਤੇ ਡਰੂ ਜਿਹੀ ਚੁੱਪ ਧਾਰਨ ਕਰ ਲੈਣਾ ਬੁਰਾ ਤਾਂ ਹੈ ਪਰ ਇਹ ਗੱਲ ਸਭ ਤੋਂ ਖਤਰਨਾਕ ਨਹੀਂ ਹੁੰਦੀ ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦਬ ਜਾਣਾ ਬੁਰਾ ਤਾਂ ਹੈ ਕਿਸੇ ਜੁਗਨੂ ਦੀ ਲੋਹ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ ਸਭ ਤੋਂ ਖਤਰਨਾਕ ਨਹੀਂ ਹੁੰਦਾ ਕਵੀ ਕਹਿੰਦਾ ਹੈ ਕਿ ਧੋਖੇ ਦੇ ਰੋਲੇ ਵਿੱਚ ਆਪੂ ਸਹੀ ਹੁੰਦਿਆਂ ਵੀ ਦਬ ਕੇ ਰਹਿ ਜਾਣਾ ਤੇ ਵਿਰੋਧ ਪ੍ਰਗਟ ਨਾ ਕਰਨਾ ਬੁਰਾ ਤਾਂ ਹੈ ਪੂਰੀ ਰੌਸ਼ਨੀ ਦੀ ਮੰਗ ਕੀਤੇ ਬਿਨਾ ਕਿਸੇ ਜੁਗਨੂ ਦੀ ਰੌਸ਼ਨੀ ਵਿੱਚ ਪੜਨ ਦਾ ਯਤਨ ਕਰਨਾ ਬੁਰਾ ਤਾਂ ਹੈ ਬੁਰੇ ਸਮੇ ਨੂੰ ਬਦਲਣ ਦੀ ਜੋ ਜਦੋ ਜਹਿਦ ਹੈ ਉਹ ਕਰਨੀ ਚਾਹੀਦੀ ਹੈ ਠੀਕ ਹੈ ਨਾ ਤੇ ਜੇ ਆਪਾਂ ਨਹੀਂ ਕਰਾਂਗੇ ਉਸ ਦੀ ਥਾਂ ਤੇ ਗੁੱਸਾ ਖਾ ਕੇ ਵਕਤ ਟਪਾ ਲੈਣਾ ਬੁਰਾ ਤਾਂ ਹੈ ਪਰ ਇਹ ਗੱਲਾਂ ਸਭ ਤੋਂ ਖਤਰਨਾਕ ਨਹੀਂ ਕਹੀਆਂ ਜਾ ਸਕਦੀਆਂ ਸਭ ਤੋਂ ਖਤਰਨਾਕ ਹੁੰਦਾ ਹੈ ਮਰਦਾ ਸ਼ਾਂਤੀ ਨਾਲ ਪਰ ਜਾਣਾ ਨਾ ਹੋਣਾ ਤੜਫਦਾ ਸਭ ਸਹਿਣ ਕਰ ਜਾਣਾ ਘਰਾਂ ਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਆ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਘਰਾਂ ਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਉਹ ਕਹਿੰਦੇ ਹਨ ਕਿ ਮਨੁੱਖ ਲਈ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਉਹ ਮੁਰਦਿਆਂ ਵਾਲੀ ਸ਼ਾਂਤੀ ਮਤਲਬ ਬਿਲਕੁਲ ਚੁੱਪ ਕਰ ਜਾਣ ਕਿਸੇ ਜਾਤੀ ਦੇ ਅਸਰ ਹੇਠ ਤੜਫੇ ਬਿਨਾ ਸਭ ਕੁਝ ਚੁੱਪਚਾਪ برداشت ਕਰੀ ਜਾਣ ਉਹ ਚੁੱਪ ਕਰਕੇ ਘਰਾਂ ਤੋਂ ਕੰਮ ਨੂੰ ਤੇ ਕੰਮ ਤੋਂ ਸਿਰਫ ਘਰ ਹੀ ਪੜਤਦੇ ਰਹਿਣ ਅਜਿਹਾ ਬਿਆਣਖਾ ਜੀਵਨ ਸਭ ਤੋਂ ਖਤਰਨਾਕ ਹੁੰਦਾ ਹੈ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਕਿ ਸੁਪਨੇ ਨਹੀਂ ਲਵਾਂਗੇ ਆਪਾਂ ਕੁਝ ਵੀ ਨਹੀਂ ਬਣ ਸਕਾਂਗੇ ਸਭ ਤੋਂ ਖਤਰਨਾਕ ਉਹ ਖੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ ਸਭ ਤੋਂ ਵੱਧ ਖਤਰਨਾਕ ਉਹ ਖੜੀ ਹੁੰਦੀ ਹੈ ਜਿਹੜੀ ਤੁਹਾਡੇ ਗੁੱਟ ਉੱਤੇ ਭਾਵੇਂ ਲੱਗੀ ਤਾਂ ਹੁੰਦੀ ਹੈ ਚੱਲ ਵੀ ਰਹੀ ਹੈ ਪਰ ਤੁਹਾਡੀ ਨਜ਼ਰ ਦੇ ਵਿੱਚੋਂ ਖੜੀ ਹੈ ਅਜਿਹਾ ਮਰਦਾ ਜੀਵਨ ਸਭ ਤੋਂ ਵੱਧ ਖਤਰਨਾਕ ਹੁੰਦਾ ਹੈ ਸਭ ਤੋਂ ਖਤਰਨਾਕ ਉਹ ਆਖੂ ਹੁੰਦੀ ਹੈ ਜੋ ਸਭ ਦੇਖਦੇ ਹੋਏ ਵੀ ਠੰਡੀ یخ ਹੁੰਦੀ ਹੈ ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ ਜੋ ਚੀਜ਼ਾਂ 'ਚ ਉੱਠਦੀ ਅੰਨੇਪਣ ਦੀ ਭਾਫ਼ ਉੱਤੇ ਡੁੱਲ ਜਾਂਦੀ ਹੈ ਜੋ ਨਿਤ ਦੇਖਦੇ ਦੀ ਸੁਧਾਰਨਤਾ ਨੂੰ ਪਿੰਦੀ ਹੋਈ ਇੱਕ ਮੰਤਕਹੀਣ ਦੁਹਰਾਦ ਦੇ ਗਦੀਘੇੜ ਵਿੱਚ ਰੁਲ ਜਾਂਦੀ ਹੈ ਉਹ ਕਹਿੰਦੇ ਹਨ ਕਿ ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਕੁਝ ਦੇਖਦੇ ਹੋਏ ਵੀ ਬਰਫ਼ ਦੇ ਵਾਂਗ ਠੰਡੀ ਹੁੰਦੀ ਹੈ ਉਸ ਵਿੱਚੋਂ ਗੁੱਸੇ ਦੀਆਂ ਲਾਟਾਂ ਨਹੀਂ ਨਿਕਲਦੀਆਂ ਉਹ ਅੱਖ ਸਭ ਤੋਂ ਖਤਰਨਾਕ ਹੁੰਦੀ ਹੈ ਜਿਸ ਦੀ ਨਜ਼ਰ ਦੁਨੀਆ ਨੂੰ ਪਿਆਰ ਨਾਲ ਚੁੰਮਣਾ ਭੁੱਲ ਜਾਂਦੀ ਹੈ ਜਿਹੜੀ ਚੀਜ਼ ਵਿੱਚੋਂ ਉੱਠਦੀ ਅਣੇਪਣ ਦੀ ਭਾਫ਼ ਉੱਤੇ ਹੀ ਮੋਹਿਤ ਹੋ ਜਾਂਦੀ ਹੈ ਅਤੇ ਜਿਹੜੀ ਹਰ ਰੋਜ਼ ਦਿਸਦੇ-ਦਿਸ ਧਾਰਨਤਾ ਨੂੰ ਪਿੰਦੀ ਹੋਈ ਇੱਕ ਮੰਤਵਹੀਣ ਦੁਹਰਾ ਦੀ ਚੱਕਰਬਾਜ਼ੀ ਵਿੱਚ ਰੁਲ ਜਾਂਦੀ ਹੈ। ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਦੇ ਬਾਅਦ ਸੁੰਨ ਹੋਈ ਵੇੜਿਆਂ ਵਿੱਚ ਚੜਦਾ ਹੈ ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ। ਉਹ ਕਹਿੰਦੇ ਨੇ ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਖਾਲੀ ਵੇੜਿਆਂ ਵਿੱਚ ਚੜਦਾ ਹੈ ਮਤਲਬ ਹਰ ਕਤਲ ਮਗਰੋਂ ਚੜਦਾ ਹੈ ਪਰ ਤੁਹਾਡੀਆਂ ਅੱਖਾਂ ਨੂੰ ਉਹ ਮਿਰਚਾਂ ਵਾਂਗ ਲੜ ਕੇ ਤੁਹਾਡੀ ਅਣਖ ਨੂੰ ਝੁਕਾਉਂਦਾ ਨਹੀਂ ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਲਈ ਜਿਹੜਾ ਕੀਰਣਾ ਉਲੰਘਦਾ ਹੈ ਡਰੇ ਹੋਏ ਲੋਕਾਂ ਦੇ ਬਾਰ ਮੂਰੇ ਜੋ ਵੈਲੀ ਦੀ ਖੰਗ ਖੰਗਦਾ ਹੈ ਉਹ ਕਹਿੰਦੇ ਹਨ ਵੀ ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਜੋ ਤੁਹਾਡੇ ਕੰਨਾਂ ਤੱਕ ਪਹੁੰਚਣ ਲਈ ਕਿਸੇ ਦੁਖੀ ਦਾ ਕੀਰਣਾ ਉਲੰਘ ਕੇ ਆਉਂਦਾ ਹੈ ਜਾਂ ਡਰੇ ਹੋਏ ਲੋਕਾਂ ਦੇ ਬੂਹੇ ਮੋਰੇ ਉਹਨਾਂ ਨੂੰ ਕਿਸੇ ਨਸ਼ੇਬਾਜ਼ ਦੀ ਖੰਘ-ਖੰਘ ਕੇ ਉਸ ਨੂੰ ਹੋਰ ਡਰਾਉਣ ਦਾ ਯਤਨ ਕਰਦਾ ਹੈ। ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੈਂਦੀ ਹੈ ਜੂੰਦੀ ਰੂਹ ਦੇ ਆਕਾਸ਼ਾਂ ਤੇ ਜਿਦੇ ਵਿੱਚ ਸਿਰਫ ਉੱਲੂ ਬੋਲਦੇ, ਗਿੱਦੜ ਹਵਾਕਦੇ, ਚਿਮਟ ਜਾਂਦੇ ਸਦੀਵੀ ਨੇਰ ਬੰਦ ਬੂਹਿਆਂ ਚੁਗਾਠਾਂ ਤੇ ਸਭ ਤੋਂ ਖਤਰਨਾਕ ਹੁੰਦਾ ਹੈ। ਉਹ ਕਹਿੰਦੇ ਨੇ ਵੀ ਸਭ ਤੋਂ ਖਤਰਨਾਕ ਓਹ ਰਾਤ ਹੁੰਦੀ ਹੈ ਜਿਹੜੀ ਜੂੰਦੀ ਰੂਹ ਦੇ ਆਕਾਸ਼ ਉੱਪਰ ਪੈਂਦੀ ਹੈ ਤੇ ਉਸ ਵਿੱਚ ਕੇਵਲ ਉੱਲੂ ਬੋਲਦੇ ਤੇ ਗਿੱਦੜ ਹਵਾਕਦੇ ਹਨ ਅਤੇ ਉਸ ਦੇ ਬੰਦ ਬੂਹਿਆਂ ਦੀਆਂ ਝੁਗਾਠਾਂ ਉੱਤੇ ਸਦੀਵੀ ਹਨੇਰ ਚਿੰਬੜ ਜਾਂਦੇ ਹਨ ਅਰਥਾਤ ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜਿਹੜੀ ਜੂੰਦੀਆਂ ਰੂਹਾਂ ਦੇ ਜੀਵਨ ਵਿੱਚ ਹੋਰ ਨਿਰਾਸ਼ਤਾ ਪੈਦਾ ਕਰ ਜਾਂਦੀ ਹੈ ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਵ ਵਿੱਚ ਖੁੱਬ ਜਾਵੇ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਗਦਾਰੀ ਲੋਭ ਦੀ ਮੁਠ ਸਭ ਤੋਂ ਖਤਰਨਾਕ ਨਹੀਂ ਹੁੰਦੀ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਉਹ ਕਹਿੰਦੇ ਹਨ ਕਿ ਸਭ ਤੋਂ ਖਤਰਨਾਕ ਉਹ ਦਸ਼ਾ ਹੁੰਦੀ ਹੈ ਜਿਸ ਵਿੱਚ ਆਤਮਾ ਦਾ ਸੂਰਜ ਡੁੱਬ ਜਾਂਦਾ ਹੈ ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਵ ਵਿੱਚ ਖੁੱਬ ਕੇ ਤੁਹਾਡੇ ਜੀਵਨ ਨੂੰ ਹਨੇਰੇ ਤੇ દિਸ਼ਾਹੀਣ ਦਿਸ਼ਾਵਲ ਲੈ ਜਾਂਦੀ ਹੈ ਮਤਲਬ ਹਨੇਰੇ ਵੱਲ ਲੈ ਜਾਂਦੀ ਹੈ ਦੇਖਿਆ ਬੱਚੋ ਕਿੰਨਾ ਸੋਹਣਾ ਲਿਖਿਆ ਵੀ ਉਹਨਾਂ ਦੀ ਜਿਹੜੀ ਕਵਤਾਵਾਂ ਨੇ ਨਾ ਅੰਦਰ ਪੂਰਾ ਜੋਸ਼ ਭਰ ਦਿੰਦੀਆਂ ਨੇ ਤੁਸੀਂ ਹਨੇਰੀ ਨੂੰ ਹਮੇਸ਼ਾ ਵੰਗਾਰ ਦਿਓ ਇੰਨੀ ਸੋਹਣੀ ਆਪਣਾ ਪੰਜਾਬੀ ਸਾਹਿਤ ਇੰਨਾ ਅਮੀਰ ਹੈ ਤੇ ਆਪਾਂ ਦੂਜਿਆਂ ਦੇ ਸਾਹਿਤ ਵੱਲ ਤਾਂ ਹੀ ਜਾਈਏ ਬੱਚਿਓ ਪਹਿਲਾਂ ਆਪਣੇ ਆਪਣੇ ਸਾਹਿਤ ਨੂੰ ਤਾਂ ਆਪਾਂ ਦੇਖ ਲਈਏ ਹੈਨਾ ਹਾਲਾਂਕਿ ਆਪਾਂ ਨੂੰ ਆਪਣੇ ਸਾਹਿਤ ਦੀ ਕਦਰ ਨਹੀਂ ਪਰ ਤੁਸੀਂ ਖੁਸ਼ਕਿਸਮਤ ਹੋ ਕਿ ਤੁਸੀਂ ਸਾਹਿਤ ਪੜ੍ਹ ਰਹੇ ਹੋ ਤੇ ਕਪਟ ਕੀ ਹੁੰਦਾ ਬੱਚਿਓ ਧੋਖਾ ਜਾਂ ਛਾਲਾ ਠੰਡੀ ਯਕ ਬਹੁਤ ਠੰਡੀ ਮੰਤਕਹੀਣ ਤਰਕਹੀਣ ਦਲੀਲ ਰਹਿਤ ਕਹਿਰਨਾ ਮਰਨ ਤੇ ਵਿਲਾਪ ਕਰਨਾ ਆਵਾਕ ਦੇ ਗਿੱਦੜਾਂ ਦੇ ਬੋਲਣ ਦੀ ਆਵਾਜ਼ ਤੇ ਹੁਣ ਆਪਾਂ ਕੇਂਦਰੀ ਭਾਵ ਕਰਦੇ ਆਂ ਸਭ ਤੋਂ ਖਤਰਨਾਕ ਕਵਿਤਾ ਵਿੱਚ ਜਿਹੜੇ ਕਵੀ ਨੇ ਆਪਾਂ ਨੂੰ ਕੀ ਕੀ ਕਹਿੰਦੇ ਨੇ ਆਪਾਂ ਦੇਖਦੇ ਆਂ ਆਪਣੇ ਕੇਂਦਰੀ ਭਾਵ ਦੇ ਰਾਹੀਂ ਤੇ ਇਸ ਕਵਿਤਾ ਦਾ ਵਿਸ਼ਾ ਸਭ ਤੋਂ ਖਤਰਨਾਕ ਗੱਲਾਂ ਨੂੰ ਦਰਸਾਉਣਾ ਹੈ ਇਹ ਇੱਕ ਤੋਲਾਂ ਤੋਂ ਸ਼ੁਰੂ ਹੁੰਦੀ ਹੈ ਤੇ ਸਭ ਤੋਂ ਖਤਰਨਾਕ ਸਮਝੀਆਂ ਜਾਂਦੀਆਂ ਹਕੀਕਤਾਂ ਕਿਰਤੀ ਲੁੱਟ ਪੁਲਸ ਦੀ ਕੁੱਟ ਦੇ ਠਾakre ਤੇ ਇਸ ਤੋਂ ਵੀ ਵਧੇਰੇ ਖਤਰਨਾਕ ਪਲਾ ਨੂੰ ਅੱਗੇ ਲਿਆਂਦਾ ਗਿਆ ਧਿਆਨ ਕੇਂਦਰਿਤ ਕੀਤਾ ਗਿਆ ਹੈ ਪਾਸ਼ ਅਨੁਸਾਰ ਕਿਰਤ ਦੀ ਲੁੱਟ ਪੁਲਸ ਦੀ ਕੁੱਟ ਗਦਾਰੀ ਤੇ ਲੋਭ ਦੀ ਪੂਰਤੀ ਸਭ ਤੋਂ ਖਤਰਨਾਕ ਨਹੀਂ ਹੁੰਦੀ ਬੈਠੇ ਸੁੱਤੇ ਫੜੇ ਜਾਣਾ ਡਰੂ ਜਿਹੀ ਚੁਪ ਧਾਰ ਲੈਣੀ ਕਪਟ ਅਗੇ ਦਬ ਜਾਣਾ ਤੇ ਵਕਤ ਕੱਟੀ ਕਰ ਲੈਣਾ ਬੁਰਾ ਤਾਂ ਹੈ ਪਰ ਸਭ ਤੋਂ ਖਤਰਨਾਕ ਨਹੀਂ ਹੁੰਦਾ ਪਰ ਮੁਰਦਾ ਸ਼ਾਂਤੀ ਨਾਲ ਭਰਨਾ ਸਭ ਕੁਝ ਸਹੀ ਜਾਣਾ ਭਵਿੱਖ ਬਾਰੇ ਸੁਪਨੇ ਨਾ ਲੈਣਾ ਸਭ ਤੋਂ ਵੱਧ ਖਤਰਨਾਕ ਹੁੰਦਾ ਹੈ ਇਸ ਤੋਂ ਬਿਨਾ ਤੁਹਾਡੀ ਅੱਖ ਦੇ ਸਭ ਕੁਝ ਦੇਖਦਿਆਂ ਹੋਇਆਂ ਵੀ ਸੁਲਗਣ ਦੀ ਬਜਾਏ ਠੰਡੀ ਯਖ ਰਹਿਣਾ ਅਣਖਹੀਣ ਤੇ ਘੋਰ ਨਿਰਾਸ਼ਾ ਭਰਿਆ ਜੀਵਨ ਬਤੀਤ ਕਰਨਾ ਡਰੂ ਲੋਕਾਂ ਨੂੰ ਹੋਰ ਡਰਾਉਣਾ ਅਤੇ ਆਤਮਾ ਦਾ ਮਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਇਸ ਤਰ੍ਹਾਂ ਪਾਸ਼ ਅਨਸਾਰ ਸਭ ਤੋਂ ਖਤਰਨਾਕ ਜੀਵਨ ਉਹ ਹੁੰਦਾ ਹੈ ਜਿੱਥੇ ਸਾਡੇ ਸੁਪਨੇ ਅਹਿਸਾਸ ਤੇ ਸੰਵੇਦਨਾਵਾਂ ਖਤਮ ਹੋ ਜਾਂਦੀਆਂ ਹਨ ਬਹੁਤ ਬਹੁਤ ਸੁੰਦਰ ਬੱਚੋ ਤੇ ਪ੍ਰਸ਼ਨ ਉੱਤਰ ਆਪਾਂ ਦੇਖਦੇ ਹਾਂ ਕਿ ਸਭ ਤੋਂ ਖਤਰਨਾਕ ਕਵਤਾ ਕਿੰਨਾਂ ਨੇ ਲਿਖੀ ਹੈ ਪਾਸ਼ ਜੀ ਨੇ ਕਵੀ ਜਿਨ੍ਹਾਂ ਗੱਲਾਂ ਨੂੰ ਸਭ ਤੋਂ ਖਤਰਨਾਕ ਨਹੀਂ ਕਹਿੰਦਾ ਉਹਨਾਂ ਵਿੱਚੋਂ ਕੋਈ ਲਿਖੋ ਕਿਰਤ ਦੀ ਲੁੱਟ ਪੁਲਸ ਦੀ ਕੁੱਟ ਕਵੀ ਜਿਨ੍ਹਾਂ ਗੱਲਾਂ ਨੂੰ ਸਭ ਤੋਂ ਖਤਰਨਾਕ ਦੱਸਦਾ ਹੈ ਉਹਨਾਂ ਵਿੱਚੋਂ ਕੋਈ ਦੱਸੋ ਮਰਦਾ ਸ਼ਾਂਤੀ ਨਾਲ ਪਰਣਾ ਸੁਪਨਿਆਂ ਦਾ ਮਰ ਜਾਣਾ ਕਿਹੜੀ ਕੜੀ ਸਭ ਤੋਂ ਵੱਧ ਖਤਰਨਾਕ ਹੁੰਦੀ ਹੈ ਜੋ ਚਲਦੀ ਹੋਈ ਵੀ ਸਾਡੀ ਨਜ਼ਰ ਤੇ ਵਿੱਚ ਖੜੀ ਹੁੰਦੀ ਹੈ ਸਭ ਤੋਂ ਖਤਰਨਾਕ ਕੱਤਾ ਵਿੱਚ ਕੀਰਣਾ ਉਲੰਘਣ ਦੀ ਗੱਲ ਕਿਸ ਪ੍ਰਸੰਗ ਵਿੱਚ ਕੀਤੀ ਗਈ ਹੈ ਗੀਤ ਦੇ ਪ੍ਰਸੰਗ ਵਿੱਚ ਸਭ ਤੋਂ ਖਤਰਨਾਕ ਕਿਹੜੀ ਦਿਸ਼ਾ ਹੁੰਦੀ ਹੈ ਜਿਸ ਵਿੱਚ ਆਤਮਾ ਦਾ ਸੂਰਜ ਡੁੱਬ ਜਾਂਦਾ ਹੈ ਸੋ ਬੱਚਿਓ ਆਪਾਂ ਆਪਣੇ ਭਵਿੱਖ ਦੇ ਬਾਰੇ ਸੁਪਨੇ ਲੈਣੇ ਨੇ ਠੀਕ ਹੈ ਇਹ ਨਹੀਂ ਹੈਗਾ ਸੁਪਨਾ ਹੀਣ ਹੋ ਕੇ ਬਹਿ ਜਾਣਾ ਹੈ ਆਪਾਂ ਜੇ ਸੁਪਨੀ ਲਵਾਂਗੇ ਤਾਂ ਹੀ ਜ਼ਿੰਦਗੀ 'ਚ ਕੁਝ ਪ੍ਰਾਪਤ ਕਰਾਂਗੇ ਨਹੀਂ ਤਾਂ ਬਸ ਉਹ ਜ਼ਿੰਦਗੀ ਤਾਂ ਆਮ ਆਪਣੀ ਚੱਲ ਰਹੀ ਹੈ ਜਾਣਾ ਆਉਣਾ ਤਾਂ ਹਰ ਕੋਈ ਪਸ਼ੂ ਵੀ ਕਰੀ ਜਾਂਦੇ ਨੇ ਤੇ ਆਪਣੀ ਤੇ ਉਹਨਾਂ 'ਚ ਕੀ ਫਰਕ ਹੈ ਠੀਕ ਹੈ ਜੋ ਲੋਕ ਮਹਾਨ ਨੇ ਉਹ ਕਦੇ ਵੀ ਇਹ ਜ਼ਿੰਦਗੀ ਬਤੀਤ ਨਹੀਂ ਕਰਦੇ ਉਹ ਕੁਝ ਅਲੱਗ ਕਰਦੇ ਨੇ ਤੁਹਾਡਾ ਸਮਾਂ ਹੈ ਇਹਨੂੰ ਤੁਸੀਂ ਅਜਾਏ ਗਵਾਦੋ ਚਾਹੇ ਇਹਨੂੰ ਕਿਸੇ ਲੇਖੇ ਲਾ ਲੋ ਤੁਹਾਡੇ ਹੱਥ ਦੇ ਵਿੱਚ ਹੈ ਠੀਕ ਹੈ ਬੱਚੋ ਸੁਣਨ ਅਤੇ ਸਮਝਣ ਲਈ ਬਹੁਤ ਧੰਨਵਾਦ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਜ਼ਰੂਰ ਕਰੋਗੇ ਅੱਜੀ ਸੁਪਨਾ ਲੈ ਲਓ ਤੇ ਉਸ ਸੁਪਨੇ ਦੇ ਪਿੱਛੇ ਹੱਥ ਧੋਕੇ ਪੈ ਜਾਓ ਠੀਕ ਹੈ ਧੰਨਵਾਦ